ਨਾਲ ਖੜਦਾ ਮੈਂ ਦੱਸਦਾ ਇੱਧਰ ਕੜੀ ਵੀ ਦਿਖਾ ਆਪਣੇ ਵੱਲ ਉਹ ਮਿਲ ਲਗਾ ਪੀਸ ਓਏ ਹੋਏ ਹੋਰ ਕਹਿੰਦਾ ਕਿੱਥੇ ਆ ਪਿੱਛੋਂ ਜਾ ਚੰਨੂ ਪੁੱਜਣ ਆ ਜੇ ਕੈਸੇ ਹੁਆ ਕਬ ਹੁਆ ਚੱਲ ਆਪਣੀ ਸਹੇਲੀ ਨੂੰ ਆਵਾਜ਼ ਮਾਰ ਲੈ ਜਾਂਦੇ ਰੱਬ ਨਾ ਕਰੇ ਜੇ ਉਹਨਾਂ ਤੋਂ ਕੋਈ ਜੀ ਨੂੰ ਕੁਛ ਹੋ ਜਾਵੇ ਉੱਥੇ ਮਰ ਜੇ ਉਹਨੂੰ ਥੱਲੇ ਨਹੀਂ ਲੈ ਕੇ ਆਉਂਦੇ ਉੱਥੇ ਛੱਡ ਆਉਂਦੇ ਆ ਜੀ ਬਹੁਤ ਗਲਤ ਕਰਦੇ ਕੰਮ ਕਰਦੇ ਆ ਨਾ ਹੋ ਆ ਸਭ ਤੋਂ ਭੈੜਾ ਲੱਗਾ ਆ ਸਭ ਤੋਂ ਭੈੜਾ ਦੋਗੇ ਚੱਕ ਪੰਜਾਬੀ ਜਿੱਥੇ ਵੀ ਜਾਂਦੇ ਆ ਡੇਰਾ ਲਾ ਹੀ ਲੈਂਦੇ ਹੈ ਵੀ ਬੰਦੇ ਕਿੰਨੇ ਕ ਬੰਦੇ ਮਰ ਗਏ ਸੀਗੇ ਹੈ 1600 ਬੰਦਾ ਕਿਹੜਾ ਵੱਧ ਲਾਉਂਦਾ ਡੰਡ ਤੇ ਦੇਖਦੇ ਅੱਜ ਲੈ ਵੀ ਮਿੱਤਰ ਆਹੋ ਜੇ ਫਿਰ 1-2 ਦੇਖਦੇ ਕਿਹੜਾ ਜਿੱਤਦਾ ਕਿਹੜਾ ਹਾਰ ਜਿਹਦੇ ਵੱਧ ਹੋਏ ਉਹਨੂੰ 1 ਸਟਾਰਟ ਲੈ ਬਈ ਓਕੇ ਕੰਮ ਗਿਣਤੀ ਇਹਨਾਂ ਦੀ ਇਹ ਮਾਰ ਰਹੇ ਆਪਾਂ ਥੋੜੀ ਮਾਰ ਰਹੇ ਆਪੇ ਗਿਣਤੀ ਕਰਨਗੇ ਹਾਂਜੀ ਓਕੇ ਕੰਮ ਪੂਰਾ ਜ਼ੋਰਾਂ 'ਤੇ ਆ ਹਾਰਨਾ ਨਹੀਂ ਕਿਸੇ ਨੇ ਲੈ ਬਈ ਰੋਪੀ ਭਾਈ ਕੌਣ ਜਿੱਤ ਸਕਦਾ ਦੋਨੋਂ ਹੀ ਭਰਾ ਨੇ ਆਪਣੇ ਦੋਨੋਂ ਜਿੱਤਾਂਗੇ ਹਾਂਜੀ ਇਹਨੂੰ ਕਹਿੰਦੇ ਹੌਸਲਾ ਯੈਸ ਇਹੀ ਸੁਣਨਾ ਸੀ ਭਾਈ ਮੈਂ ਸੁਣ ਚੁੱਕਿਆ ਲੈ ਬਈ ਬਾ ਇੱਕ ਕਮੀ ਆ ਫਲੈਟ 'ਚ ਸਾਡੇ ਪੱਖਾ ਆਣੀਗਾ ਵਿਨੇ ਭਾਜੀ ਓ ਯਾਰ ਉਹ ਆਦਾ ਘਾਟਾ ਹੈ ਸਰਕਾਰ ਨੂੰ ਹਾਂਜੀ ਕੰਮ ਜ਼ੋਰਾਂ 'ਤੇ ਹੈ ਚੱਕ ਵਾਜੀ ਵਾ ਇਹਨੂੰ ਕਹਿੰਦੇ ਆ ਐਂਡੀ ਕਰਤਾ ਲੈ ਬਈ ਓ ਤੇਰੀ ਚੈੱਕ ਕਰ ਐਂਡੀ ਕਰਤਾ ਭਾਜੀ ਨੇ ਫੁਕਰੀ ਨੀ ਪਰ ਸਰੀਰ ਹੈ ਨਾ ਜਿਹੜਾ ਬੰਦੇ ਦਾ ਉਹ ਕਹਿਣਾ ਆ ਜੇ ਸਰੀਰ ਹੈਗਾ ਆ ਤੇ ਬੰਦਾ ਤੁਰਿਆ ਫਿਰਦਾ ਨਹੀਂ ਤਾਂ ਨਹੀਂ ਹਾਂਜੀ ਡੰਡ ਲਾ ਲਓ ਵਿਕਟਾਂ ਲਾ ਲਓ ਜਿੰਮ ਲਾ ਲਓ ਡੱਬੇ ਵੀ ਖਾ ਲਓ ਕੋਈ ਚੱਕਰ ਨੀ ਪਰ ਮਿਹਨਤ ਠੋਕ ਕੇ ਲਾਓ ਸਹੀ ਗੱਲ ਹੈ ਸਿਕਸ ਪੈਕ 12 ਨਿਕਲਣਗੇ ਬਾਲਟੀ ਫੜਾ ਜਲਦੀ ਜਲਦੀ ਗਰਮ ਪਾਣੀ ਚੱਕੀਏ ਨਹਾਉਣਾ ਫਿਰ ਜਲਦੀ ਕਰ 1 ਵਜੇ ਤਾਂ ਨਿਕਲਣਾ ਆਪਾਂ ਬਾਬਾ ਸੱਚੀ ਕਹਿੰਦੇ ਆਪਾਂ ਅੱਗੇ ਤੱਕ ਜਾਣਾ ਫਿਰ 1 ਵਜੇ ਨਿਕਲਾਂਗੇ ਫੇਰ ਹਾਂ ਉਹ ਨਾਲੇ ਪਾਣੀ ਦੌੜ ਕੇ ਰਹਿੰਦ ਰਹਿੰਦ ਰਹਿੰਦੇ ਆਹ ਗਰਮ ਪਾਣੀ ਭਰ ਦੇ ਲੋ ਵੀ ਗਰਮ ਪਾਣੀ ਆ ਵਨ ਬੀ ਐਚ ਕੇ ਆ ਜਲਦੀ ਕਰਦਾ ਹੋ ਜਾ ਰੈਡੀ ਲੋ ਵੀ ਮਿੱਤਰ ਮਾਹੌਲ ਚੈੱਕ ਕਰੋ ਤੇ ਉੱਧਰ ਭਾਬੀ ਤੇ ਤਾਨੀ ਆ ਦੋਨੋਂ ਜਾਣੇ ਸਬਜ਼ੀਆਂ ਕੱਟ ਲੱਗੇ ਕਹਿੰਦੇ ਜੇ ਰੋਟੀ ਖਾਵਾਂਗੇ ਤਾਂ ਇੱਥੇ ਆ ਕੇ ਖਾਵਾਂਗੇ ਵਧੀਆ ਬਣਾ ਕੇ ਖਾਵਾਂਗੇ
ਇਹਨਾਂ ਨੇ ਬਣਾਉਣਾ ਹੁਣ ਚਿਕਨ ਚੁਕਨ ਓਏ ਹੋਏ ਸ਼ਿਮਲਾ ਮਿਰਚ ਵਾਲੀ ਕੀ ਬਣਾਉਣ ਲੱਗੇ ਆ ਪਹਿਲੇ ਦੱਸਦੀ ਏ ਦੱਸ ਦੇ ਯਾਰ ਇੱਕ ਅਸੀਂ ਬਣਾਉਣ ਲੱਗੇ ਪਨੀਰ ਟਿੱਕਾ ਇੱਕ ਅਸੀਂ ਬਣਾਉਣ ਲੱਗੇ ਰੋਸਟਡ ਚਿਕਨ ਰੋਸਟਡ ਚਿਕਨ ਤੇ ਨਾਲ ਬਣਾਉਣ ਲੱਗੇ ਆਲੂ ਪਿਆ ਟਮਾਟਰ ਵਾਲੇ ਚੋਲ ਕੀ ਬਾਤ ਤੇ ਨਾਲ ਬਣਾਵਾਂਗੇ ਮੈਗੀ ਨਾਲ ਬਣਾਵਾਂਗੇ ਚਾਹ ਕੀ ਬਾਤ ਮਾਹੌਲ ਬਹੁਤ ਕੇ ਰਿਪੋਰਟ ਹੈ ਦਾਲ ਰੋਟੀ ਵੀ ਬਣਾਉਣੀ ਹੈ ਇਹ ਸਾਡਾ ਪਲਾਨ ਬਣ ਗਿਆ ਸੀ ਦਾਲ ਰੋਟੀ ਵੀ ਬਣਾ ਲਵਾਂਗੇ ਸਹੀ ਹੈ ਤਿਆਰੀ ਕਰ ਲਈ ਇਹਨਾਂ ਨੇ ਫੁੱਲ ਉਧਰ ਗਰਮ ਪਾਣੀ ਪ੍ਰੀਤ ਭਰਦਾ ਪਿਆ ਆ ਨਹਾ ਨੂ ਕੇ ਹੁਣ ਨਿਕਲਾਂਗੇ ਤੇ ਜਿੱਥੇ ਜਾਣਾ ਆ ਉੱਥੇ ਮਾਹੌਲ ਇਹ ਤੋਂ ਵੀ ਵਧੀਆ ਅੱਗੇ ਬਰਫ਼ ਪੈ ਰਹੀ ਆ ਅਤੇ ਉੱਦਾਂ ਅੱਜ ਵਾਪਸੀ ਕਰਾਂਗੇ ਫਿਰ ਦੁਬਾਰਾ ਕੈਂਪਾਂ ਦੇ ਵਿੱਚ ਕਿਉਂਕਿ ਉਹ ਬੰਦ ਕਰ ਦਿੰਦੇ ਆ 7-8 ਵਜੇ ਤੋਂ ਬਾਅਦ ਮੈਨੂੰ ਜਗ੍ਹਾ ਦਾ ਨਾਂ ਨਹੀਂ ਪਤਾ ਬਾਕੀ ਇੱਥੇ ਦਾ ਮਾਹੌਲ ਉੱਕੇ ਰਿਪੋਰਟ ਵੀ ਕੀ ਓਏ ਆ ਰਿਹਾ ਫੇਰ ਤੂੰ ਹੋਰ ਲੰਮਾ ਪੈ ਗਿਆ ਕੀ ਸਨੈਪ ਬਣਾ ਰਿਹਾ ਤੂੰ ਨਾ ਜਾ ਕੇ ਫਿਰ ਆਪਣੇ ਕਮਰੇ 'ਚ ਬਣਾਓ ਜਾ ਕੇ ਹੁਣ ਓਕੇ ਪੂਰਾ ਓਕੇ ਯੈਸ ਕੱਪੜੇ ਪ੍ਰੈਸ ਡੱਬਾ ਟੁੱਟ ਗਿਆ ਕੋਈ ਚੱਕਰ ਨੀ ਜਿਹੜੇ ਮਰਜ਼ੀ ਡੱਬੇ ਤੋੜ ਤੇਰਾ ਭਰਾ ਬੈਠਾ ਏਦਾਂ ਗਈ ਜਾਵੇ ਡੱਡੂ ਲੱਗੀ ਜਾਂਦਾ ਉਹ ਦੇਖੋ ਧਿਆਨ ਦੇਖੀ ਕਛੂਆ ਵਿੱਚ ਵਿੱਚ ਨਿਕਲਾ ਕਛੂਆ ਪੰਜਾਬੀ ਜਿੱਥੇ ਵੀ ਜਾਂਦੇ ਆ ਡੇਰਾ ਲਾ ਹੀ ਲੈਂਦੇ ਹੈ ਫੇ ਭਾਜੀ ਹੁਣੀ ਦੱਸਦੇ ਕਿ ਅਸੀਂ ਗਰਮੀਆਂ ਦੇ ਵਿੱਚ ਇੱਥੇ ਰਹਿੰਦੇ 6 ਮਹੀਨੇ ਹਾਂ ਮਤਲਬ ਆਉਣਾ ਜਾਣਾ ਹੁੰਦਾ ਰਹਿੰਦਾ 6 ਮਹੀਨੇ ਇੱਥੇ ਤੇ ਭਾਜੀ 6 ਮਹੀਨੇ ਉੱਥੇ ਇਹ ਤਾਂ 5 ਉਂਗਲਾਂ ਘੇ ਦੇ ਵਿੱਚ ਤਾਂ ਇਹ ਮੇਰੇ ਹਿਸਾਬ ਨਾਲ ਗਰਮੀ ਦੇਖਦੇ ਨਹੀਂ ਹੈਣਾ 6 ਮਹੀਨੇ ਬਾਹਰ ਤੇ ਇੱਥੇ ਬਾਈ ਹੁਣੀ ਕਰਦੇ ਆਲੂ ਦੀ ਸੀਡ ਤਿਆਰ ਕਰ ਦੇਣਾ ਠੀਕ ਹੈ ਤੇ ਜੇ ਆਪਣੇ ਕੋਈ ਵੀ ਵੀਰ ਭਾਈ ਭੈਣ ਇੱਥੇ ਦੇ ਲੋਕਲ ਹੈਗੇ ਆ ਜਿਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੈਗੀ ਆ ਕਿ ਇੱਥੇ ਆਲੂ ਦੀ ਖੇਤੀ ਹੁੰਦੀ ਹੈ ਅਤੇ ਉਹਦੇ ਲਈ ਤੁਹਾਨੂੰ ਬੀਜ ਚਾਹੀਦਾ ਤੁਸੀਂ ਬਾਈ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਕਿ ਬਾਈ ਤੁਹਾਡਾ ਮਤਲਬ ਕਿ ਜੇ ਕਿਸੇ ਨੇ ਕੰਟੈਕਟ ਕਰਨਾ ਹੁਣ ਕਾਹਤੇ ਕਰੀ ਕੰਟੈਕਟ ਫਿਰ ਵੀ ਆਪਾਂ ਕੰਟੈਕਟ ਨੰਬਰ ਦੇ ਕੰਟੈਕਟ ਨੰਬਰ ਕੀ ਹੈ ਜੀ 9 5 9 5 2 7 2 7 0 2 0 2 ਹੈ ਜੀ ਹੌਲੀ ਬੋਲਿਆ ਮੈਂ ਸ਼ਾਇਦ ਯਾਦ ਭੁੱਲ ਗਏ ਹਰਦੀ ਇਹ ਆਪਣਾ ਸ਼ੁਰੂ ਤੋਂ ਰਿਹਾ ਆ ਹਾਂ ਦੇ ਦੋ ਗਲਾਸ ਦੇ ਦੋ ਨਾਲ ਹੋਰ ਦੱਸੋ ਭਾਜੀ ਵਧੀਆ ਭਾਜੀ ਯਾਰ ਮੈਨੂੰ ਏਦਾਂ ਫੀਲ ਹੁੰਦਾ ਕਿ ਮੈਂ ਵੀ ਇਹਨਾਂ ਨੂੰ ਲੱਗ ਜਾਵਾਂ 6 ਮਹੀਨੇ ਗਰਮੀ ਤੇ 6 ਮਹੀਨੇ ਸਿਆਲ ਕੁਛ ਨੀ ਹੈਗਾ ਨਾ 365 ਦਿਨ ਸਿਆਲ ਹੀ ਸਿਆਲ ਪਰੌਠੇ ਖਾਓ ਭਈ ਹੁਣ ਗਏ ਸੀ ਮੀਟਿੰਗ ਦੇ ਛੱਪੋ ਯਾਰ ਰੋਟੀ ਅੱਛਾ ਗੱਜਾ ਗੱਡੀ ਜੋ ਹੁਣੀ ਖਾ ਗਿਆ ਰੋਟੀ ਪਾਣੀ ਦਾ ਫਿਰ ਕਿਵੇਂ ਕਰਦਾ ਹੋਟਲ ਹੋਟਲ ਜੋ ਵੀਰੇ ਪੈਕ ਕਰਾ ਕੇ ਲੈ ਕੇ ਆਈ ਦੇ ਨਾਲ
ਮੈਂ ਤਾਂ ਇਹ ਹੈਰਾਨ ਹਾਂ ਕਿ ਇਹਨਾਂ ਨੇ ਹੈਨਾ ਜਿਹੜਾ ਮੇਨਟੇਨ ਕਰਕੇ ਰੱਖਿਆ ਹੋਇਆ ਨਾ ਇੰਨੀ ਹਵਾ ਦੇ ਬਾਵਜੂਦ ਵੀ ਐਨ ਸਾਫ਼ ਸਫਾਈ, ਖਾਣਾ ਪੀਣਾ ਓਕੇ, ਰਿਪੋਰਟ ਭਾਂਡੇ ਧੋਣ ਵਾਲਾ ਵੀ ਦੇਖ ਕੇ ਆਇਆ, ਮਸ਼ੀਨ ਬਹੁਤ ਓਕੇ ਆ। ਅਤੇ ਇੱਥੇ ਜਿਹਨੇ ਆਉਣਾ ਆ ਇੱਕ ਵਾਰੀ, ਕਿਹੜਾ ਹੈ, ਕਿਹੜਾ ਸ਼ਹਿਰ, ਕਿਹੜਾ ਜੀ? ਜਿਸਵਾ ਦੇ ਨਾਲ ਹੀ ਆ ਗਮੂਨਰ ਜੀ। ਅਤੇ ਤੁਸੀਂ ਇੱਕ ਵਾਰੀ ਇਹਨਾਂ ਦੇ ਟੈਂਟਾਂ 'ਚ ਜ਼ਰੂਰ ਵਿਜ਼ਿਟ ਕਰਿਓ, ਬਾਕੀ ਮਾਹੌਲ ਚੈੱਕ ਕਰੋ, ਓਕੇ ਆ। ਉੱਧਰ ਭਰਾ ਵੀ ਬੈਠੇ ਹੋਏ ਆ, ਚਿਕਨ ਬਣਾਉਣ ਲੱਗੇ ਆ, ਮੈਰੀਨੇਟ ਕਰਨ ਲੱਗੇ ਆ। ਇੱਧਰ ਪਰੌਂਠੇ ਚੱਲਦੇ ਪਏ ਆ, ਕੀ ਗੱਲ ਲੱਗਾ ਫਿਰ ਨਸ਼ਾ? ਕਿਆ ਬਾਤ, ਚਿਕਨ ਮੈਰੀਨੇਟ ਕਰਕੇ ਰੱਖ ਲੈਣਾ ਆਪਾਂ, ਇੱਧਰੋਂ ਪਨੀਰ ਮੈਰੀਨੇਟ ਕਰਕੇ ਰੱਖ ਲਿਆ ਜਿਹਨੂੰ ਕਹਿੰਦੇ ਆ, ਕੀ ਇਹਨੂੰ ਕੀ ਕਹਿੰਦੇ ਆ, ਇਹਨੂੰ ਕੀ ਕਹਿੰਦੇ ਆ, ਉਹ ਪਨੀਰ ਤਾਂ ਕਹਿੰਦੇ ਆ, ਚਿੱਲੀ ਚਿਕਨ ਨਹੀਂ, ਪਨੀਰ ਟਿੱਕਾ, ਹਾਂ ਪਨੀਰ ਟਿੱਕਾ। ਮਾਹੌਲ ਪੂਰਾ ਓਕੇ, ਰਿਪੋਰਟ ਆ। ਕਿਆ ਬਾਤ, ਜਿਹੜਾ ਸ਼ਾਮ ਦਾ ਪ੍ਰੋਗਰਾਮ ਨਾ ਉਹ ਆਪਾਂ ਇੱਥੇ ਬਹਿਣਾ, ਇੱਥੇ ਜਾ ਕੇ ਇੱਥੇ ਨਾਲ ਧੂਣੀ ਬਾਲਾਂਗੇ, ਅੱਗ ਸੇਕਾਂਗੇ, ਅਤੇ ਨਾਲ ਚਿਕਨ ਮੈਰੀਨੇਟ ਕਰਾਂਗੇ, ਅਤੇ ਨਾਲ ਪਨੀਰ ਟਿੱਕਾ ਮੈਰੀਨੇਟ ਕਰਾਂਗੇ, ਨਾਲ ਬੈਠਾਂਗੇ, ਗੱਲਾਂ ਬਾਤਾਂ ਕਰਾਂਗੇ, ਇੰਜੋਇਮੈਂਟ ਕਰਾਂਗੇ। ਕਿਆ ਬਾਤ, ਸ਼ਾਂਤ ਏਰੀਆ, ਘੁੰਮਣ ਫਿਰਨ ਜਾਇਆ ਕਰੋ, ਟਾਈਮ ਕੱਢ ਕੇ ਜਦੋਂ ਟਾਈਮ ਲੱਗਦਾ ਮਾੜਾ ਮੋਟਾ ਘੁੰਮ ਕੇ ਜ਼ਰੂਰ ਆਇਆ ਕਰੋ, ਰਿਲੈਕਸ ਹੋ ਜਾਂਦਾ ਬੰਦਾ। ਕਿਆ ਬਾਤ, ਠੰਡੀ ਠਾਠ, ਸ਼ੀਤ ਲਹਿਰ ਚੱਲਦੀ ਪਈ, ਉੱਧਰ ਲੱਗੇ ਹੋਏ ਵੀਡੀਓ ਬਣਾਉਣ। ਅਤੇ ਮਿੱਤਰੋ, ਗੱਡੀਆਂ ਆਈਆਂ ਸੀ ਦੋ, ਇੱਕ ਆਹ ਫੋਰਚੂਨਰ ਅਤੇ ਇੱਕ ਆਹ, ਪਰ ਇੱਕ ਗੱਡੀ ਆਪਣੇ ਨਾਲ ਉਹ ਰਲ ਗਈ ਬਾਈ, ਉਹਨਾਂ ਦੀ ਬਾਈ ਉਹਨੀ ਕਹਿੰਦੇ ਅਸੀਂ ਤੁਹਾਨੂੰ ਘੁੰਮਾਉਂਦੇ ਹਾਂ, ਚਲੋ ਬਈ ਚਲੀਏ, ਲੈਟਸ ਗੋ। ਧਿਆਨ ਰੱਖਿਓ ਜੱਟ ਜੀ ਸਮਾਨਾਂ ਦਾ, ਧਿਆਨ ਰੱਖਣਾ ਜੀ, ਸਫਾਈ ਸਫੂਈ ਕਰਵਾ ਦੇਣਾ, ਸ਼ੁਕਰੀਆ ਜੀ। ਲਓ ਜੀ, ਚਲੋ ਬਈ, ਹੁਣ ਆਪਾਂ ਕਿੱਥੇ ਚੱਲੇ ਹਾਂ? ਕੂਲਰ ਕਿਹੜਾ? ਏ ਸੀ ਆ ਭਰਾਵਾ। ਅੱਛਾ ਅੱਛਾ, ਹੁਣ ਇਹ ਦੱਸੋ ਕਿ ਆਪਾਂ ਚੱਲੇ ਕਿੱਥੇ ਹਾਂ? ਆਪਾਂ ਚੱਲੇ ਹਾਂ ਸਾਰੇ ਨੱਪ ਹੋਇਆ ਪਿਆ। ਤੇ ਆਹ ਪਿੰਡ ਕਿੱਥੋਂ ਆ ਗਿਆ? ਸਾਰੇ ਸੌ। ਭਾਜੀ ਕਿੰਨੇ ਕੁ ਬੰਦੇ, ਕਿੰਨੇ ਕੁ ਬੰਦੇ ਮਰ ਗਏ ਸੀਗੇ? ਹੈਂ, 1600 ਬੰਦਾ? ਜਿੰਨਾ ਮਲਬਾ ਬਣਿਆ ਪੈਣਾ ਜੇ ਤੁਸੀਂ ਉਹ ਪਤਾ ਕੀ ਕਹਿੰਦੇ, ਕਹਿੰਦੇ ਜਿੰਨਾ ਮਲਬਾ ਬਣਿਆ ਪੈਣਾ, ਜਿੰਨਾ ਮਲਬਾ ਹੈਗਾ ਇਹ ਉਨੇ, ਤੇ ਜੇ ਤੁਸੀਂ ਉੱਥੇ ਖੜ ਕੇ ਨਾ ਰਾਤ ਨੂੰ 12 ਵਜੇ, ਕਹਿੰਦੇ ਤੁਹਾਨੂੰ ਚੀਕਾਂ ਸੁਣਨੀਆਂ ਹਰੇਕ ਬੰਦੇ ਦੀ। ਬਾਬਾ ਕਿੰਨਾ ਮਾੜਾ ਹੋਇਆ ਹੋਊਗਾ, ਆਹ ਚੈੱਕ ਕਰੋ, ਵਾਲੇ ਕੋਲ ਬਹੁਤ ਕੰਮ, ਭਲਾ ਹੀ ਕਰੀ ਦੱਸਿਆ, ਸਾਰਿਆਂ ਦਾ ਭਲਾ ਕਰੀ ਦੱਸਿਆ, ਚੰਗਾ ਹੀ ਹੋਵੇ ਸਾਰਾ। ਉਹ ਵੀ ਇਹਨਾਂ ਨੇ ਐਂਟਰੀ ਤਾਂ ਉਦਾਂ ਬੰਦ ਕੀਤੀ ਹੋਈ ਸੀਗੀ, ਤੇ ਪਰ ਚਲੋ ਜਿਹੜੇ ਬਾਈ ਹੋਣੀ ਸਾਨੂੰ ਟੱਕਰ ਗਏ ਆ, ਵੀ ਸਮਝ ਗਏ ਵਿਚਾਰੇ ਦੂਰੋਂ ਆਏ ਆ। ਨਹੀਂ, ਹਾਂਜੀ ਠੀਕ ਹੈ, ਸ਼ੁਕਰੀਆ ਜੀ ਸਰ ਜੀ, ਸ਼ੁਕਰੀਆ। ਤੇ ਆਪਣਾ ਕੀ ਉਹਨੂੰ ਕਹਿੰਦੇ ਆ, ਉਹ ਜਿਹੜੇ ਵੀਰ ਹੋਣੀ ਨਾਲ ਆਏ ਆ, ਉਹਨਾਂ ਨੇ ਐਂਟਰੀ ਕਰਾ ਦਿੱਤੀ, ਨਹੀਂ ਤਾਂ ਪਿੱਛੇ ਚੈੱਕ ਕਰ ਲਓ, ਗੱਡੀਆਂ ਦੀ ਲਾਈਨਾਂ ਹੀ ਲੱਗੀਆਂ ਪਈਆਂ। ਬਾਬੇ ਦੀ ਮਿਹਰ ਨਾਲ ਆਪਣੀ ਐਂਟਰੀ ਹੋ ਗਈ ਆ, ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਤਾਂ ਗੱਲ ਹੈਗੀ ਆ ਕਿ ਕਿਸੇ ਨੇ ਝੂਠ ਹੀ ਕਿਹਾ ਹੋਇਆ ਕਿ ਪੰਜਾਬੀ ਦੀ ਲੱਤਾਂ ਖਿੱਚਦੇ ਆ, ਇੱਦਾਂ ਦਾ ਕੋਈ ਸੀਨ ਨਹੀਂ ਹੈਗਾ। ਜੇ ਆਪਾਂ ਨੂੰ ਵਧੀਆ ਬੰਦੇ ਟੱਕਰ ਜਾਣ ਫਿਰ ਕੋਈ ਲੱਤਾਂ ਨਹੀਂ ਖਿੱਚਦਾ,
ਉਹ ਬਾਈ ਨੂੰ ਕੀ ਮਤਲਬ ਕਿ ਆਪਣੇ ਨਾਲ ਕੋਈ ਲੈਣਾ ਦੇਣਾ ਹੈ ਨੀਗਾ ਬਾਈ, ਕਹਿੰਦਾ ਨਹੀਂ ਮੈਂ ਤੁਹਾਨੂੰ ਘੁੰਮਾ ਕੇ ਲਿਆਉਣਾ ਸਾਰਾ ਏਰੀਆ ਘੁੰਮਾ ਕੇ ਲਿਆਉਣਾ, ਆਪਣੀ ਗੱਡੀ ਗੱਡੀ ਹੋਈ ਹੈ ਵਿਚਾਰੇ ਨੇ, ਅਤੇ ਕਹਿੰਦਾ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਜਿਹੜੀ ਚੀਜ਼ ਮਤਲਬ ਕਿ ਸਾਨੂੰ ਨਹੀਂ ਵੀ ਪਤਾ। ਹੁਣ 6-6 ਮਹੀਨੇ ਇੱਥੇ ਰਹਿ ਕੇ ਜਾਂਦੇ ਆ, ਇਹਨਾਂ ਨੂੰ ਜ਼ਿਆਦਾ ਨੌਲੇਜ ਹੈ ਨਾ, ਅਤੇ ਉਹ ਕਹਿੰਦੇ 6 ਮਹੀਨੇ ਇੱਥੇ ਲਾਉਂਦੇ ਉਹਦਾ ਤੁਹਾਨੂੰ ਫਾਇਦਾ ਦਿਖਾਉਂਦੇ ਆ, ਆਲੂ ਦੀ ਖੇਤੀ ਕਰਦੇ ਆ, ਪਰ ਜਿਹੜੀਆਂ ਚੀਜ਼ਾਂ ਇਹਨਾਂ ਨੇ ਦੇਖੀਆਂ ਹੋਈਆਂ ਮੈਨੂੰ ਲੱਗਦਾ ਨਹੀਂ ਆਪਾਂ ਕਿਸੇ ਲਾਗੇ ਛਾਗੇ ਕਿਸੇ ਨੇ ਦੇਖੀਆਂ ਹੋਣੀਆਂ। ਸੋ ਕਹਿੰਦੇ ਆ 3 ਦਿਨ ਦਾ ਜਿਹੜਾ ਟੂਰ ਆ ਲੇਹ ਦਾ ਹੋ ਗਿਆ, ਆ ਜਿਹੜਾ ਕਿੱਥੇ ਚੱਲਿਆ ਅੱਜ ਇਹਦਾ ਨਾਂ ਨਹੀਂ ਪਤਾ, ਪਤਾ ਨਹੀਂ ਕਿੱਥੇ ਚੱਲੇ ਆ ਪਰ ਬਾਈਕ ਜਿਸਪਾ ਤੋਂ 20-25 ਕਿਲੋਮੀਟਰ, ਹਾਂ 20-25 ਕਿਲੋਮੀਟਰ ਦੂਰ ਆ, ਪਰ ਬਾਈ ਕਹਿੰਦਾ ਇੱਥੇ ਆਉਂਦੇ ਬਹੁਤ ਲੋਕੀ ਘੱਟ ਆ। ਅਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿ ਜੇ ਤੁਸੀਂ ਵੀ ਕਦੀ ਘੁੰਮਣਾ ਹੈ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਜੂਗਾ ਕਿ ਇੱਥੇ ਆਹ ਚੀਜ਼ ਹੈਗੀ ਅਤੇ ਆਹ ਚੀਜ਼ ਹੈਗੀ ਆ। ਅਤੇ ਇਹ ਕੋਈ ਝੂਠ ਨਹੀਂ ਹੈਗਾ, ਮਤਲਬ ਕਿ ਜਿਹੜਾ ਪਿੰਡ ਆਪਾਂ ਦੇਖ ਕੇ ਆਏ ਨਾ ਉਹ ਰਾਤ ਨੂੰ 400-500 ਬੰਦਾ ਸੁੱਤਾ ਪਿਆ ਸੀਗਾ ਕਹਿੰਦੇ, ਅਤੇ ਉੱਤੋਂ ਪਹਾੜ ਦਾ ਪਹਾੜ ਹੀ ਡਿੱਗਿਆ ਅਤੇ ਸਾਰਾ ਪਿੰਡ ਹੀ ਤਬਾਹ ਕਰਤਾ। ਚਲੋ ਜੋ ਹੋਣਾ ਸੀਗਾ ਚਲੋ ਉਹ ਤਾਂ ਮਾਲਕ ਨੇ ਲਿਖਿਆ ਹੈ ਨਾ, ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਮਤਲਬ ਕਿ ਆਪਾਂ ਕੰਮ ਕਰਦੇ ਹਾਂ ਉਹਦੇ ਵਿੱਚ ਕੁਝ ਨਾ ਕੁਝ ਚੰਗੇ ਕੰਮ ਐਡ ਕਰਦਿਆ ਕਰੋ, ਜਿਹਦੇ ਕਰਕੇ ਮਾੜਾ ਮੋਟਾ ਆਪਣਾ ਕੀ ਪਤਾ ਹੈ ਨਾ ਜਿਹੜੀ ਲਿਖੀ ਆ ਉਹਦੇ ਨਾਲ ਹੋ ਜਾਂਦੀ ਹੈ ਜਿੱਦਾਂ ਮਰਜ਼ੀ ਹੈ, ਕਿਉਂਕਿ ਜੋ ਆਪਾਂ ਕਿਸੇ ਦਾ ਸੋਚਦੇ ਨਾ ਤਾਂ ਕੋਈ ਆਪਣਾ ਸੋਚਣ ਵਾਲਾ ਵੀ ਬੈਠਾ ਹੁੰਦਾ ਫਿਰ। ਅਤੇ ਬਾਕੀ ਜਿਹੜਾ ਮੋਰ ਓਵਰ ਟੂਰ ਚੱਲਦਾ ਪਿਆ ਬਹੁਤ ਓਕੇ ਚੱਲਦਾ ਪਿਆ। ਅਤੇ ਇੱਕ ਚੀਜ਼ ਹੋਰ ਬਾਈ ਉਹਨੇ ਦੱਸੀ, ਅੱਜ 10 ਬੰਦੇ ਇੱਥੇ ਕੰਮ ਕਰਦੇ ਪਏ ਆ, 10 ਬੰਦਾ ਜਿਹੜਾ ਇਹਨਾਂ ਦੇ ਇੱਥੇ ਲੋਕਲ ਜਿਹੜੇ ਘਰ ਨਾ ਇਹ ਆਹੀ 6 ਮਹੀਨੇ ਇਹਨਾਂ ਨੇ ਕੰਮ ਕਰਨਾ ਆ, ਅਤੇ ਜਦੋਂ ਬਰਫ਼ ਪੈਣੀ ਆ ਇਹਨਾਂ ਨੇ 6 ਮਹੀਨੇ ਅੰਦਰਾਂ 'ਚ ਹੀ ਰਹਿਣਾ ਆ, ਬਾਹਰ ਨਿਕਲ ਨਹੀਂ ਸਕਦੇ 6 ਮਹੀਨੇ। ਉਹ ਕਹਿੰਦੇ ਬਾਈ ਕਿ 6 ਮਹੀਨੇ ਪਾਣੀ ਵੀ ਇਹਨਾਂ ਨੇ ਸਟੋਰੇਜ ਕਰ ਲੈਣਾ, ਨਹਾਉਣ ਨੂੰ ਵੀ ਔਖਾ ਹੋ ਜਾਂਦਾ ਕੰਮ, 6 ਮਹੀਨੇ ਸਿਰਫ ਅਤੇ ਸਿਰਫ ਇਹਨਾਂ ਦੀ ਕੀ ਆ ਲਾਈਫ, ਸਿਰਫ ਅਤੇ ਸਿਰਫ ਬਾਹਰ ਆ ਅਤੇ ਅੰਦਰ ਆ, ਸਮਝ ਲਓ ਇੱਕ ਕਿਸਮ ਦੀ ਕਾਲ ਕੋਠਰੀ ਲਾ ਲਓ। ਅਤੇ ਆਪਾਂ ਕਹਿ ਦਿੰਦੇ ਹਾਂ ਸਭ ਕੁਛ ਹੁੰਦਿਆਂ ਸਮੁੰਦਿਆਂ ਵੀ ਕਿ ਬਾਈ ਯਾਰ ਆਹ ਨਹੀਂ ਹੈਗਾ ਉਹ ਨਹੀਂ ਹੈਗਾ, ਮਾਲਕ ਦਾ ਸ਼ੁਕਰ ਹੈ ਬਹੁਤ ਕੁਛ ਆ ਕਿ ਆਪਾਂ 2 ਪੈਰ ਅਤੇ 2 ਹੱਥ ਅੱਖਾਂ ਸਭ ਕੁਛ ਸਲਾਮਤ ਆ, ਜਿਨ੍ਹਾਂ ਦੀਆਂ ਇਹ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਬਾਈ ਨੂੰ ਨਹੀਂ ਕੰਮ ਕਰਦੇ ਪਿਆ, ਦੇਖੋ ਵੀ ਕੀ ਦਿਖਾ ਰਹੇ ਨੇ, ਲਓ ਜੀ ਆਹ ਦੇਖੋ ਇੰਨੀ ਦੂਰ ਕੰਮ ਕਰਦੇ ਪਏ, ਮਿਹਨਤ ਕਰਦੇ ਪਏ, ਥੱਲੇ ਇਹਨਾਂ ਨੇ ਉਤਰ ਕੇ ਜਾਣਾ ਆ ਪਹਾੜੀ ਤੋਂ, ਅਤੇ ਸਿਰਫ ਅਤੇ ਸਿਰਫ ਕਾਹਦੇ ਲਈ ਕਰਦੇ ਪਏ ਕਿ 6 ਮਹੀਨੇ ਜੇ ਅਸੀਂ ਕੰਮ ਕਰਾਂਗੇ ਅਗਲੇ 6 ਮਹੀਨੇ ਸੌਖੇ ਨਿਕਲਣਗੇ, ਮਤਲਬ ਕਿ 6 ਮਹੀਨੇ ਆ ਕੰਮ ਕਰਨ ਤੋਂ ਬਾਅਦ ਅਗਲੇ 6 ਮਹੀਨੇ ਸੌਖੇ ਗੁਜ਼ਾਰਨੇ, ਸਿਰਫ ਅਤੇ ਸਿਰਫ ਉਨੇ ਏਰੀਏ ਦੇ ਵਿੱਚ ਅਤੇ ਉਨੀ ਕੁ ਜਗ੍ਹਾ ਦੇ ਵਿੱਚ ਬਹੁਤ ਔਖਾ ਆ। ਸੋ ਸੈਟਿਸਫਾਈ ਰਹਿਣਾ ਸਿੱਖੋ, ਅਤੇ ਮੈਂ ਬਾਰ ਬਾਰ ਹਮੇਸ਼ਾ ਆਪਣੇ ਬਲੌਗਾਂ ਦੇ ਵਿੱਚ ਇਹ ਚੀਜ਼ਾਂ ਨਾਲ ਸੈਟਿਸਫਾਈ ਰਹਿਣਾ ਸਿੱਖੋ। ਅਤੇ ਇਹ ਨਹੀਂ ਗੱਲ ਹੈਗੀ ਕਿ ਆਪਣੇ ਗੋਲ ਛੱਡ ਦਿਉ, ਮਿਹਨਤ ਕਰੀ ਜਾਓ ਅੱਗੇ ਵਧੀ ਜਾਓ, ਪਰ ਇੱਕ ਹੁੰਦਾ ਨਾ ਕਿ ਹਾਂ ਜਿੱਥੇ ਆਪਾਂ ਖੁਸ਼ ਹਾਂ ਉਹ ਖੁਸ਼ ਰਹਿਣਾ ਸਿੱਖੋ, ਅਤੇ ਹਰੇਕ ਦੀ ਖੁਸ਼ੀ ਵਿੱਚ ਨਾ ਆਪਣੀ ਖੁਸ਼ੀ ਲੱਭੋ, ਹਰੇਕ ਨੂੰ ਖੁਸ਼ ਦੇਖ ਕੇ ਖੁਸ਼ ਰਹਿਣਾ ਸਿੱਖੋ। ਜੇ ਕੋਈ ਚੜ੍ਹਦਾ ਆ ਜਾਂ ਡਾਊਨਫਾਲ ਆਉਂਦਾ ਆ ਉਹਦੀ ਮਦਦ ਕਰਿਆ ਕਰੋ, ਮਾੜੇ ਟਾਈਮ 'ਚ ਉਹਨਾਂ ਖੜਿਆ ਕਰੋ, ਅਤੇ ਜੇ ਕੋਈ ਚੜ੍ਹਦਾ ਉਹਨੂੰ ਦੇਖ ਕੇ ਨਾ ਕਿ ਖੁਸ਼ ਖੁਸ਼ ਰਿਹਾ ਕਰੋ ਕਿ ਹਾਂ ਜੇ ਉਹ ਬੰਦਾ ਅੱਗੇ ਨਿਕਲ ਗਿਆ ਬਹੁਤ ਵਧੀਆ, ਕੋਈ ਗੱਲ ਨਹੀਂ ਸਾਡਾ ਵੀ ਟਾਈਮ ਆਊਗਾ, ਕੋਈ ਚੱਕਰ ਨਹੀਂ ਹੈਗਾ ਨਾ, ਅਗਲੇ ਮਿਹਨਤ ਕੀਤੀ ਆ ਅਤੇ ਜਾਂ ਫਿਰ ਅਗਲੇ ਦੀ ਲਿਖੀ ਆ। ਇੱਧਰ ਖੇਤ ਦਿਖਾ ਥੱਲੇ ਗੋਭੀ ਵਾਲੇ, ਆ ਗੋਭੀ ਹਾਂ ਆਹ ਹੁੰਦੀ ਬਾਈ ਉਹਨੀ ਸਬਜ਼ੀ, ਆਲੂ 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 ਆ ਭਾਜੀ ਉਹਨੀ ਜਿਹੜੇ ਨਾਲ ਜਾਂਦੇ ਪਏ ਆ ਉਹਨਾਂ ਨੇ ਇੱਥੇ ਲੈ ਕੇ ਜਾਣਾ, ਉਹਨਾਂ ਨੇ ਕੀਤਾ ਨਹੀਂ ਹਲੇ ਖੇਤੀ ਕਿ ਨਹੀਂ। ਨਹੀਂ ਇਹ ਖੇਤੀ ਆ, ਇਹ ਭਾਈ ਨੇ ਬੀਜ ਪ੍ਰੋਵਾਈਡ ਕਰਾ ਤੇ ਭਾਈ ਕਹਿੰਦੇ ਕੱਲ ਇੱਥੇ ਸੀਗੇ ਆਪਾਂ, ਇਹਦੇ ਵਿੱਚ ਆਲੂ ਆ ਸਾਰੇ ਆਲੂ ਲਾਏ ਹੋਏ ਬਾਈ ਕਹਿੰਦੇ, ਦਿਖਾ ਖੇਤ ਆ ਸਾਰੇ ਆਲੂ ਲੱਗੇ ਹੋਏ ਆ ਇਹ ਸਾਰੇ ਬਾਈ ਉਹਨਾਂ ਨੇ ਜਿਹੜੇ ਆਪਣੇ ਨਾਲ ਜਾਂਦੇ ਪਏ ਉਹ ਕਹਿੰਦੇ ਇੱਥੇ ਆਪਾਂ ਬੀਜ ਦੇ ਕੇ ਗਏ ਹਾਂ ਅਤੇ ਇਹਨਾਂ ਨੇ ਆਲੂ ਲਾ ਤੇ ਆ, ਜਦੋਂ ਆਲੂ ਹੋ ਗਏ ਅਤੇ ਫਿਰ ਇਹਨਾਂ ਨੇ ਆਲੂ ਇਕੱਠੇ ਕਰਕੇ ਲੈ ਜਾਣੇ ਆ ਅਤੇ ਫਾਲਕਣ ਕੰਪਨੀ ਇਹਨਾਂ ਦੀ ਫਾਲਕਣ ਕੁਛ ਇਹਦਾ ਨਾਂ ਅਤੇ ਕੰਪਨੀ ਆ, ਫਿਰ ਇਹ ਸੇਲ ਕਰਨਗੇ। ਮਤਲਬ ਕਿ ਜਿਹਨਾਂ ਨੂੰ ਕੰਮ ਕਰਨ ਦੀ ਇੱਛਕ ਹੁੰਦੀ ਨਾ, ਜਿਹੜੇ ਕੰਮ ਕਰਨ ਦੇ ਸ਼ੌਕੀਨ ਹੁੰਦੇ ਆ ਉਹਨਾਂ ਨੇ ਕੰਮ ਕਰਿਆ ਹੀ ਲੈਣਾ। ਹੁਣ ਪੰਜਾਬ ਛੱਡ ਕੇ 6 ਮਹੀਨੇ ਇੱਥੇ ਰਹਿੰਦੇ ਪਏ, ਇਹਨਾਂ ਨੂੰ ਕਿਹੜਾ ਯਾਰ ਬਿਪਤਾ ਪਈ ਹੈ ਕਿ 6 ਮਹੀਨੇ ਇੱਥੇ ਲਾਉਣੇ ਆ,
ਚਾਰ ਪੈਸੇ ਬਣਾਉਣ ਲਈ ਘਰ ਛੱਡਣੇ ਪੈਂਦੇ ਆ। ਜੇ ਆਪਾਂ ਬਾਹਰ ਵੀ ਜਾਂਦੇ, ਆਪਣੇ ਭਰਾ ਭਾਈ ਭੈਣ ਭਰਾ ਬਾਹਰ ਵੀ ਜਾਂਦੇ ਨਾ, ਉਹ ਕਿਸੇ ਚੱਕਰ ਕਰਕੇ ਜਾਂਦੇ ਆ, ਮਜ਼ਬੂਰੀ ਕਰਕੇ ਜਾਂਦੇ ਆ, ਕਿਸੇ ਨੂੰ ਸ਼ੌਂਕ ਨਹੀਂ ਹੁੰਦਾ। ਹੁਣ ਮੇਰਾ ਭਰਾ ਬਾਹਰ ਗਿਆ ਹੋਇਆ, ਕੰਮ ਕਰਕੇ ਗਿਆ ਹੋਇਆ, ਉਹਦੇ ਕਰਕੇ ਲਾਈਫ ਸੈੱਟ ਹੋ ਗਈ ਮੇਰੀ ਹੈ ਨਾ। ਅਤੇ ਬਾਕੀ ਓਕੇ ਆ, ਸਭ ਕੁਛ ਖੁਸ਼ ਰਹਿ ਕਰੋ, ਠੀਕ ਹੈ। ਬਾਕੀ ਬਾਕੀ ਤੁਹਾਨੂੰ ਜ਼ਰੂਰ ਦੇਖਿਓ, ਅੱਗੇ ਜਾ ਕੇ ਹੋਰ ਦਿਖਾਉਣੇ ਕੁਝ ਚੀਜ਼ਾਂ। ਹਾਂ, ਹੋਰ ਚੀਜ਼ਾਂ ਵੀ ਨੋਲ ਦੇ ਰੋਡ ਆਉਣੇ ਹੁਣ। ਹਾਂਜੀ, ਆਹ ਮਤਲਬ ਕਿ ਉਹ ਭਾਈ ਕਹਿੰਦਾ ਸਾਰੇ ਰੋਡ ਹੀ ਇੱਦਾਂ ਦੇ ਆ ਕਿ ਪਾਣੀ ਚੱਲਦਾ ਹੋਊਗਾ ਰੋਡਾਂ ਦੇ ਵਿੱਚ ਦੀ। ਅਤੇ ਇਸ਼ਕ ਮੋੜਿਆ, ਐਂਡ ਤੱਕ ਬਲੌਗ ਦੇਖਿਓ, ਐਂ ਜੁੜੇ ਰਹੋ ਸਾਡੇ ਬਲੌਗ ਨਾਲ। ਲਓ ਵੀ ਮਿੱਤਰੋ, ਕਹਿੰਦੇ ਅੱਗੇ ਝਰਨਾ ਟੱਕਰ ਪਿਆ, ਜਿਹੜੇ ਘੁੰਮਣ ਆਏ ਸੀਗੇ ਝਰਨੇ ਦੇ ਫੋਟੋਆਂ ਫਾਰ ਬਕੇ ਰੋਕ ਲਿਓ ਵੀਡੀਓ, ਰੁਕਣਾ 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 ਭਾਈ ਨੂੰ ਫੋਨ ਮਾਰ ਕੇ ਮਾਰ ਦਿਓ ਰੋਪੀ ਭਾਈ ਨੂੰ। ਅਮਰਿੰਦਰ ਗਿੱਲ ਦੇ ਗਾਣੇ ਤੇ ਆਹੀ ਪਾਵਾਂਗੇ, ਚੱਲ ਜਿੱਦੀ ਇਹ ਚੱਲ, ਓਏ ਹੋਏ ਕਿਆ ਵਾ, ਝਰਨਾ ਓਕੇ ਆ। ਵੀਡੀਓ ਬਣਾਉਣ ਲਈ ਸਪੈਸ਼ਲ ਗਏ ਆ, ਸਪੈਸ਼ਲ ਤੋਂ ਸਾਡਾ ਕੰਮ ਹੀ ਇਹ। ਆ ਗਏ, ਆ ਗਏ ਭਾਈ, ਆ ਗਏ, ਉਹ ਆ ਗਏ। ਬਰਫੀ ਹੈ ਨੀ, ਬਰਫੀ ਹੈ ਨੀ। ਕੈਸੇ ਹੁਆ, ਕਬ ਹੁਆ, ਕਿਉਂ ਹੁਆ। ਚਲ ਆਪਣੀ ਸਹੇਲੀ ਨੂੰ ਆਵਾਜ਼ ਮਾਰ ਦੇ। ਪੁਸ਼ਪਾ ਕਿੱਥੇ ਗਿਆ? ਮਾਰ ਜਲਦੀ ਡਾਇਲੋਗ। ਬਹੁਤ ਬਹੁਤ ਸ਼ੁਕਰਗੁਜ਼ਾਰ ਆ ਬਾਈ ਉਹਨਾਂ ਦੇ, ਜਿਹੜੇ ਸਾਨੂੰ ਉਹ ਲੋਕੇਸ਼ਨਾਂ ਦਿਖਾਉਂਦੇ ਪਏ ਆ ਜਿਹੜੀਆਂ ਅੱਜ ਤੱਕ ਕਿਸੇ ਨੇ ਦੇਖੀਆਂ। ਬਾਈ ਉਹਨੀ 8 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ। ਅਤੇ ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਬਹੁਤ ਘੈਂਟ ਵੀ ਉਹ ਹੱਲੇ ਬਾਈ ਕਹਿੰਦੇ ਅੱਗੇ ਜਾ ਕੇ ਭਾਜੀ ਕਹਿੰਦੇ ਆਰਾਮ ਨਾਲ, ਜ਼ਿਆਦਾ ਬੋਲਣਾ ਨਹੀਂ, ਸਾਹ ਦੀ ਹੋ ਜੂ, ਸਾਹ ਦੀ ਪ੍ਰੋਬਲਮ ਆਉਂਦੀ ਫਿਰ ਛੋਟੇ ਰੱਖੋ, ਕਿਉਂਕਿ ਮੈਂ ਸਨੈਪਚੈਟ ਤੇ ਬੋਲਦਾ ਪਿਆ, ਇੰਸਟਾ ਤੇ ਵੀ ਬੋਲਦਾ ਪਿਆ ਭਾਜੀ। ਸਟੈਪ ਤਾਂ ਮੇਰੇ ਕਿ ਛੋਟੇ ਆ, ਤੁਸੀਂ ਤਾਂ ਪਹਿਲੇ ਤੁਹਾਨੂੰ ਤਾਂ ਕਿਹਾ ਹੀ ਨਹੀਂ, ਇਹ ਤੂੰ ਰੜ ਕੇ ਜਾਂਦਾ ਰੜ ਕੇ ਤੁਸੀਂ ਇੱਥੇ ਪਹਿਲੇ ਸਾਹ ਦੀ ਜੋ ਇੱਥੋਂ ਲੇਹ ਤੇ ਆਣਾ ਨਾ, ਚਮੇ ਹੀ ਸਾਹ ਉਹ ਵੀ ਔਖਣਾ, ਉਹ ਗੋਲੀਆਂ ਜਿਹੜੇ ਤੁਹਾਨੂੰ ਕਹਿ ਰਹੇ ਨਾ ਉਹ ਖਾ ਕੇ ਆਣੇ, ਦੋ ਦੋ ਗੋਲੀਆਂ। ਜੇ ਗੋਲੀ ਨਹੀਂ ਖਾਣੀ ਮੈਂ ਤੇ ਗੋਲੀ ਮਾਰ ਦੂੰਗਾ, ਉਹੀ ਵਾਲੀ ਪੈਰਾਸੀਟਾਮੋਲ ਦੀ। ਅੱਛਾ, ਫਿਰ ਮੈਂ ਸਹੀ ਹੋ ਜਾਣਾ। ਚਲੋ ਭਾਜੀ ਫਿਰ ਛੋਟੇ ਛੋਟੇ ਸਾਹ ਪੱਟੋ ਜੀ, ਧੋਤੇ ਹੋਏ ਹੈ ਨਹੀਂ, ਪਰ ਅਸੀਂ ਆਹ ਕੰਮ ਨਹੀਂ ਕਰਦੇ, ਆਹ ਕੰਮ ਨਹੀਂ ਕੀਤਾ। ਮੈਂ ਚੈੱਕ ਕਰ ਲਿਆ ਮੇਰੀ ਗੱਡੀ ਗੰਦੀ ਹੋਊਗੀ, ਪਰ ਹਲੇ ਤੱਕ ਬਾਹਰ ਨਹੀਂ ਸੱਟਿਆ ਡਸਟਬਿਨ ਦੇ ਵਿੱਚ। ਆਪਾਂ ਗੱਡੀ ਸਮਾਨ ਲੈ ਕੇ ਆਏ ਸੀ, ਹਾਂ, ਆਪਾਂ ਜਿੰਨਾ ਸੀ ਉਹ ਸਾਰੇ ਇੱਕ ਲਿਫਾਫੇ 'ਚ ਰੱਖਿਆ, ਲਿਫਾਫੇ 'ਚ ਰੱਖਿਆ, ਉਹ ਜਿਹੜਾ ਡਸਟਬਿਨ ਟੱਕਰਦਾ ਥੱਲੇ ਕੀਤਾ ਸਿੱਟਦਾ। ਨਾ ਨਾ, ਆਹ ਕੰਮ ਨਹੀਂ ਕੀਤਾ। ਸੋ ਤੁਸੀਂ ਵੀ ਜੇ ਘੁੰਮਣ ਆਉਂਦੇ ਆ ਤੇ ਇਹ ਚੀਜ਼ ਦਾ ਖਿਆਲ ਰੱਖਿਆ ਕਰੋ, ਕਿਉਂਕਿ ਪਰ ਆਪਾਂ ਜਿੱਥੇ ਬਹਿਣਾ ਹੈ ਨਾ, ਜਿਹੜੀ ਖੂਬਸੂਰਤੀ ਆ ਜੋ ਲੋਕ ਦੂਰੋਂ ਦੂਰ ਦੇਖਣ ਆਉਂਦੇ ਆ, ਹਾਂ, ਉਹ ਮਰ ਜਾਂਦੀ ਫਿਰ। ਬਾਕੀ ਮਾਹੌਲ ਇੱਥੇ ਓਕੇ ਰਹਿੰਦਾ ਪੂਰਾ। ਕੀ ਕਰ ਰਹੇ, ਫੋਟੋ ਖਿੱਚ ਦੋ, ਉਹ ਪੁੱਛ ਲਈ ਜਾਂਦੀ ਹੈ। ਕਹਿੰਦਾ ਵੀਡੀਓ ਬਣਾ, ਮੈਂ ਬਣਾਉਣੀ ਨਹੀਂ ਹੈਗੀ, ਕਿਉਂਕਿ ਮੈਂ ਪਹਿਲਾਂ ਦੋ ਵਾਰੀ ਬਣਾਤੀ ਹੈ, ਵਧੀਆ ਆ ਗਈ ਆ, ਅਤੇ ਮੈਂ ਤੁਹਾਨੂੰ ਦਿਖਾਉਣਾ ਕਿਹੜੀਆਂ ਮਸ਼ਕਰੀਆਂ ਕਰਦਾ ਪਿਆ। ਚੱਲ ਨਹੀਂ ਬਲੌਗ ਕਰਦਾ ਪਿਆ, ਕਿਆ ਬਾਤ, ਕਿਆ ਬਾਤ, ਬਹੁਤ ਸੋਹਣੀ ਵੀਡੀਓ ਬਣੀ। ਓਏ ਹੋਏ ਹੋਏ, ਦੀਪਕ ਤਾਲ ਤੁਸੀਂ ਆ ਕੇ ਆਹ ਲੋਕੇਸ਼ਨ ਦਾ ਆਨੰਦ ਜੇ ਨਹੀਂ ਮਾਣੇ ਨਾ ਤਾਂ ਕੁਛ ਨਹੀਂ ਕੀਤਾ, ਚੈੱਕ ਕਰਵਾ ਜੋ ਭਾਜੀ, ਪਾਣੀ ਬਹੁਤ ਠੰਡਾ ਆ, ਐਂਡੀ ਲਾਤਾ, ਮਜ਼ਾ ਆਇਆ, ਓਕੇ ਕੰਮ। ਬਾਕੀ ਤੁਹਾਨੂੰ ਦਿਖਾਉਂਦੇ ਆ
ਰੌਣਕਾਂ ਲੱਗਿਆ ਹੀ ਹੋ ਜਾਣਾ। ਪਾਣੀ ਪੂਰਾ ਠੰਡਾ ਆਪਾਂ ਜੀ, ਹੱਥ ਪਾਓ। ਓਹ ਦੇਖਿਓ ਕਦੇ ਕੁਲਫੀ, ਹੱਥ ਨਾ ਠੰਡਾ ਹੋ ਜੇ ਇੱਥੇ। ਓ ਪਾਣੀ ਓਕੇ ਹੈ ਭਾਜੀ? ਸੁਣ ਹੋ ਗਿਆ ਭਾਜੀ, ਹੱਥ ਸੁਣੋ ਇੰਦਰ ਭਾਈ। ਐਨਕਾਂ ਲਾਣੀ ਪੈਣੀ, ਗੋਗਲ ਲਾਣੀ ਪੈਣੀ ਤੁਹਾਨੂੰ ਭਾਈ। ਉਹ ਉੱਤਰ ਜਾਣੀ ਆ ਭਾਜੀ, ਅੱਗ ਵਾਲਾ, ਅੱਗ ਵਾਲਾ, ਅੱਗ ਨੀ ਚਲਣੀ ਇੱਥੇ, ਮੈਨੂੰ ਨਾ ਕਹਿ। ਹਾਂਜੀ ਵਿਨੇ ਭਾਜੀ ਓਕੇ ਆ? ਰੋਬੀ ਭਾਜੀ ਹਾਏ ਹਾਏ ਸੋਹਣੇ ਹੋ, ਓਕੇ ਆ? ਚਲੋ ਬਾਏ। ਮਾਹੌਲ ਸ਼ਾਹ ਜੀ ਬਹੁਤ ਓਕੇ ਰਿਪੋਰਟ ਆ। ਹਾਂਜੀ ਮੈਂ ਕਹਿੰਦਾ ਵਧੀਏ। ਚੱਲ ਸਾਫ ਪਾਣੀ ਨਿਤਰਿਆ ਹੋਇਆ ਪਾਣੀ, ਕੁਦਰਤ ਵੀ ਕਿੱਡੀ ਹੈ ਨਾ ਘੈਂਟ ਆ, ਜਿਹਨੇ ਸਾਨੂੰ ਆ ਜੀਵਨ ਦਿੱਤਾ ਆ ਤੇ ਅਸੀਂ ਇੰਜੋਏ ਕਰਦੇ ਪਏ ਹਾਂ। ਇਹ ਮੁੜ ਅਸੀਂ ਦੇਖਣ ਆਇਆ, ਹੁਣ ਪਤਾ ਨਹੀਂ ਇਹ ਜ਼ਿੰਦਗੀ ਮੁੜ ਕੇ ਮਿਲਣੀ ਕਿ ਨਹੀਂ ਮਿਲਣੀ, ਪਰ ਜਿੰਨੀ ਜੀਣੀ ਆ ਵਧੀਆ ਜੀ ਰਹੇ ਹਾਂ। ਥੈਂਕ ਯੂ ਸੋ ਮਚ ਯਾਦਵ ਤੇ ਇੱਕ ਪਾਸੇ ਆਪਣਾ ਭਰਾ ਕਹਿੰਦੇ ਮੈਂ ਚ ਬਚਿਆ, ਮੈਂ ਪੂਰਾ ਮੇਰੀ ਗੱਲ ਤੋਂ ਠੰਡੇ ਠੰਡੇ ਹੱਥ ਲਾ ਦੇ। ਆ ਜਾ ਉਹਦਾ ਚਲੋ ਚਲੀਏ ਉੱਪਰ। ਬੱਲੇ 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 ਕਿਆ ਬਾਤ! ਓ ਹੈਲੋ, ਕਿੱਧਰ ਦੀ ਗਿਆ ਮੈਂ? ਚੱਲਿਆ ਉੱਪਰ ਟੋਪ ਤੇ, ਸਾਹ ਚੜ੍ਹ ਜਾਣਾ। ਮੈਂ ਨਹੀਂ ਜਾਣਾ, ਸਾਹ ਬਹੁਤ ਚੜ੍ਹਨਾ। ਨਹੀਂ ਨਹੀਂ ਮੈਂ ਨਹੀਂ ਜਾਂਦਾ, ਸਾਹ ਅੱਗੇ ਫੁੱਲਦਾ ਪਿਆ। ਤੇਰਾ ਭਲਾ ਹੋ ਜੀ, ਇਹ ਟੁੱਕਿਆ ਹਾਂਜੀ। ਮੁਹੱਬਤ ਕਈ ਪਹਾੜ ਮੇ ਹਮ ਤੋ ਆ ਗਏ ਪਹਾੜ ਮੇ। ਉਹ ਸੱਚ ਪਹਾੜ ਮੇ ਕਹਿ ਰਹੇ, ਪਹਾੜ ਮੇ ਤੁਸੀਂ ਵਾਪਸ ਨਾ ਜਾਓ, ਤੁਹਾਡੇ ਕੁੱਟ ਬੜੀ ਪੈਣੀ। ਇਹਦਾ ਸਾਲ ਇੱਥੇ ਆ ਕੇ ਹੂੜ ਮੱਤ ਕਰੀ ਜਾਂਦੇ, ਉਹ ਕਿੱਥੇ ਚਲ ਗਏ? ਨਹੀਂ ਜਾ ਹੁਣ ਭਾਜੀ, ਹੁਣ ਤਾਂ ਪੱਕਾ ਹੀ ਜਾਣਾ। ਜਿਹੜੇ ਕੰਮ ਨਹੀਂ ਹੁੰਦੇ ਉਹ ਤਾਂ ਕਰਨੇ ਚਾਹੀਦੇ। ਮੰਨਦੇ ਪਏ ਨਹੀਂ ਮੰਨਦੇ ਪਏ, ਪਹੁੰਚ ਗਏ। ਇਹ ਟੱਪੇ ਨਾ ਪਵਾ ਲਿਓ ਸਾਲੋ, ਆਪਣੀ ਤਾਂ ਇੰਸ਼ੋਰੈਂਸ ਵੀ ਨਹੀਂ ਹੋਈ ਭਾਜੀ। ਦੇਖ ਲਾ ਕਿੰਨਾ ਔਖਾ ਹੈ, ਮੈਂ ਕਿ ਉੱਥੇ ਦੱਬ ਦਿੰਦੇ ਬੰਦੇ ਨੂੰ ਨਾ, ਸਮਝ ਲਓ ਕਿ ਕੋਈ ਬੰਦਾ ਹੈ ਨਾ ਇੱਥੇ, ਜਿੱਦਾਂ ਪਹਾੜੀ ਇਲਾਕੇ ਰਹਿੰਦੇ ਆ, ਸਮਝ ਲਓ ਕਿ ਉੱਥੇ ਕੋਈ ਪੂਰਾ ਹੋ ਜਾਂਦਾ ਬੱਕਰੀਆਂ ਵਾਲੇ ਜਿਵੇਂ ਬੱਕਰੀਆਂ ਵੀਰੇ 6-6 ਮਹੀਨੇ ਉੱਪਰ ਚੱਲ ਜਾਂਦੇ ਆ ਉਹ, ਜਿਵੇਂ ਆਪਦਾ ਖਾਣਾ ਖੁਣਾ ਸਾਰਾ ਨਾਲ ਲੈ ਜਾਂਦੇ। ਰੱਬ ਨਾ ਕਰੇ ਜੇ ਉਹਨਾਂ ਤੋਂ ਕੋਈ ਜੀ ਨੂੰ ਕੁਛ ਹੋ ਜਾਵੇ ਉੱਥੇ ਮਰ ਜੇ, ਉਹਨੂੰ ਥੱਲੇ ਨਹੀਂ ਲੈ ਕੇ ਆਉਂਦੇ, ਉੱਥੇ ਛੱਡ ਆਉਂਦੇ ਉੱਥੇ, ਹੈ ਨਾ? ਨੱਪਦੇ ਆ ਕਿ ਉੱਥੇ ਛੱਡ ਆਉਂਦੇ ਉੱਥੇ ਹੀ ਬਾਈ। ਆ ਜਾਓ
ਉਹ ਆ ਪਾਣੀ ਨਹੀਂ ਪੀਣਾ। ਚਾਵਲੇ ਪਏ ਬਹੁਤ ਐਟਮੀ ਹੈ ਭਾਜੀ ਇਹਦਾ। ਜ਼ਰੂਰਤ ਵੀ ਨਹੀਂ, ਮੂਜੇ ਕਿਸੇ ਕੀ ਲੋੜ ਨਹੀਂ ਹੈ। ਜਾਨਵਰ ਲੈ ਕਿੱਥੋਂ ਆਇਆ ਇਹ? ਇਹਦੇ ਨਾਲ ਵਧੀਆ ਤਾਂ ਮੈਂ ਜੋਰੀ ਨੂੰ ਲੈ ਆਉਂਦਾ ਨਾਲ। ਉਹ ਆ ਜਾ ਬਾਬਾ ਰੱਬ ਦਾ ਵਾਸਤਾ, ਆ ਜਾ ਆ ਜਾ ਆ ਜਾ। ਉਹ ਅਲ ਅਲ ਆ, ਡਰਾਮੇ ਨਾ ਕਰ, ਹੂੜ ਮਤ ਨਾ ਕਰਿਆ ਕਰ। ਚਾਹ ਮਲਿਆ ਪਿਆ ਓਏ ਪੁੱਤਾ। ਆ ਹੋ ਰਹੀ ਹੈ ਇੱਥੇ ਖੇਤੀ, ਤੇ ਖੇਤੀ ਵੀ ਕਾਹਦੀ ਹੁੰਦੀ ਪਈ ਆ? ਸਿਰਫ ਤੇ ਸਿਰਫ ਗੋਭੀ ਤੇ ਆਲੂ ਦੀ। ਮਤਲਬ ਕੀ ਕਹਿੰਦੇ ਆ, ਜਿਹੜਾ ਮਾਲਕ ਹੈ ਨਾ ਸੱਚੇ ਪਾਤਸ਼ਾਹ ਆ, ਕਹਿੰਦੇ ਕੀੜੀ ਨੂੰ ਵੀ ਰੋਟੀ ਦੇ ਦਿੰਦਾ। ਸਹੀ ਗੱਲ, ਤੇ ਇਹ ਤਾਂ ਫੇਰ ਵੀ ਇਨਸਾਨ ਹੈਗੇ ਆ, ਪਰ ਡਟੇ ਰਹਿੰਦੇ ਆ। ਇਹ ਛੱਡ ਛਡਾ ਕੇ ਭਾਜੀ ਤੂੰ ਸੋਚ, ਇੱਧਰ ਉੱਧਰ ਜਾ ਹੀ ਸਕਦੇ ਆ ਕਿ ਆਪਣਾ, ਮਤਲਬ ਕਿ ਆਪਣਾ ਦੂਜਾ ਆਪਣਾ ਘਰ ਪਰਿਵਾਰ ਇੱਥੋਂ ਛੱਡ ਕੇ ਹੋਰ ਕਿਤੇ ਵਸ ਹੀ ਸਕਦੇ ਆ। ਲੋਕੀ ਜਾਂਦੇ, ਅਸੀਂ ਵੀ ਦੇਖ ਲਾ ਹਰਿਆਣੇ ਤੋਂ ਪੰਜਾਬ ਆਏ ਹਾਂ। ਹਾਂ ਨਾਲ ਲੇਡੀਜ਼ ਹਾਂ, ਕਿਹੜੇ ਕਹਿੰਦੇ ਨੇ ਕਿ ਹਾਂ ਹੱਥ ਨਾਲ ਹੱਥ ਨਾਲ ਚਾਹੀਏ ਨਾਲ ਉਹ ਚੱਕਰ ਲੱਗੇ ਹੋਏ ਇੰਨਾ ਉਹਨਾਂ ਨੇ ਗੁੱਡੇ ਆ ਦੇਲਾ ਭਾਜੀ, ਆ ਦਿੱਤੇ ਹੋਏ ਕਿੱਲਾ ਉਹਨਾਂ ਨੇ ਗੁੱਡ ਦਿੱਤਾ ਕਿੱਲਾ, ਤੇ ਆਪਾਂ ਨੂੰ ਮਾੜੀ ਚੜਾਈ ਚੜ ਕੇ ਸਾਹ ਚੜ ਗਿਆ। ਮਤਲਬ ਕਿ ਮਿਹਨਤ ਦਾ ਕੋਈ, ਇਹ ਤੁਹਾਨੂੰ ਮੈਂ ਚੀਜ਼ਾਂ ਤਾਂ ਬਲੌਗ ਚ ਪਾਉਣਾ ਰਹਿਣਾ ਆ ਕਿ ਮਿਹਨਤ ਦਾ ਕੋਈ ਮਿਹਨਾ ਨਹੀਂ। ਜੇ ਅਸੀਂ ਚੱਲ ਸਕਦੇ ਆ, ਤੁਸੀਂ ਵੀ ਚੱਲ ਸਕਦੇ ਆ। ਇਹ ਨਹੀਂ ਕਿ ਹਾਂ ਵੀ ਮਿਹਨਤ ਕਰੋ ਕਰੋ ਬਸ, ਮਿਹਨਤ ਕਰੋ ਬਸ, ਇਹ ਤਾਂ ਆਪਣਾ ਕੰਮ ਹੈ ਮਿਹਨਤ ਕਰਨਾ। ਹਾਂ, ਕੀ ਬਾਅਦ ਚ ਅਹਿਸਾਸ ਨਾ ਹੋਵੇ, ਕੀ ਰਿਲਾਈਜ਼ ਨਾ ਹੋਵੇ, 2 ਸਾਲ ਬਾਅਦ ਜੋ ਤੁਸੀਂ ਚੀਜ਼ ਕਰਨਾ ਚਾਹੁੰਦੇ ਹੋ ਪਛਤਾਵਾ ਨਾ ਹੋਵੇ, ਹੋਵੇ ਚਾਹੇ ਨਾ ਹੋਵੇ। ਹਾਂ, ਹੋਵੇ ਚਾਹੇ ਨਾ ਹੋਵੇ, ਕਿ ਪਾਸੇ ਤਾਂ ਤੁਸੀਂ ਲੱਗੋਗੇ ਲੱਗੋਗੇ। ਹਾਂ ਬਸ ਇਹ ਹੋਵੇ ਕਿ ਮੈਂ ਉਹ ਸੀ ਸੁਪਨਾ ਸੀਗਾ, ਮੈਂ ਮਿਹਨਤ ਨਹੀਂ ਕੀਤੀ, ਸੁਪਨਾ ਪੂਰਾ ਕੀਤਾ। ਹਾਂ, ਚਾਹੇ ਸੁਪਨੇ ਨਹੀਂ ਵੀ ਪੂਰੇ ਹੋਣਗੇ, ਬਾਕੀ ਮਿਹਨਤ ਕਰੋਗੇ ਨਾ ਤੁਹਾਡੇ ਸੁਪਨੇ ਵੀ ਪੂਰੇ ਹੋਣਗੇ। ਹੋਣਗੇ 100% ਹੋਣਗੇ, ਸੁਪਨੇ ਪੂਰੇ ਹੋਣੇ ਆ, ਬਿਨਾ ਮਿਹਨਤ ਤੋਂ ਸੁਪਨੇ ਨਹੀਂ ਪੂਰੇ ਹੋਣੇ। ਸਾਫ ਸੁਥਰੀ ਮਿਹਨਤ ਕਰਿਆ ਕਰੋ ਨਾਲ, ਉਹਦੇ ਵਿੱਚ ਜ਼ਿਆਦਾ ਬਰਕਤ ਆ। ਤੇ ਆਪਾਂ ਪਿੰਡ ਨਹੀਂ ਖੇਤੀ ਕਰਦੇ ਟਰੈਕਟਰ ਨਾਲ ਜਾਂ ਭੁਲਦਾ ਨਾਲ, ਇਹਦੇ ਨਾਲ ਕਰਦੇ ਆ। ਆ ਇਹਨਾਂ ਦਾ ਰੂਟਾ ਬੀਟਰ ਆ, ਆ ਦੇਖੋ ਨਿੱਕਾ ਜਿਹਾ ਰੂਟਾ ਬੀਟਰ ਆ, ਤੇ ਇਹਨੇ ਹੁਣ ਸਾਰਾ ਇੰਨਾ ਕੁ ਗੁੱਟ ਦਿੱਤਾ ਥਾਂ, ਇੱਥੇ ਹੁਣ ਆਲੂ ਬੀਜੂਗੇ ਜਾਂ ਗੋਭੀ ਬੀਜੂਗੇ। ਕਿਆ ਬਾਤ, ਖੇਤੀ ਆ ਦੇਖ ਲਓ, ਬਿਨਾ ਨਾ 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 ਉਰੇ ਤੋਂ ਚੈੱਕ ਕਰ, ਉਰੇ ਉਹ ਤਵੀ ਉਹ ਨਹੀਂ ਦੂਜਾ ਹੁੰਦੀਆਂ ਤਵੀਆਂ, ਤਵੀਆਂ ਉਹ ਤਵੀਆਂ ਉਰੇ ਉੱਧਰ ਜਿਹੜੀ ਖੇਤੀ ਹੋਈ ਆ ਆਲੂ ਦੀ, ਅਤੇ ਉਹਨਾਂ ਨੇ ਆਲੂ ਕੱਢ ਲਏ ਛਿੱਲ ਲਏ ਆ, ਤੁਸੀਂ ਦੇਖ ਸਕਦੇ ਹੋ ਸਾਫ਼ ਆਲੂ ਕਰਦੇ ਪਏ। ਹੁਣ ਇਹ ਮਾਰਕੀਟ 'ਚ ਜਾਣਗੇ ਅਤੇ ਜਿਹੜੇ 4 ਪੈਸੇ ਇਹਨਾਂ ਦੇ ਬਣਨਗੇ, ਉਹਨਾਂ 'ਚ ਇਹਨਾਂ ਨੇ ਬਸ 6 ਮਹੀਨੇ ਦਾ ਗੁਜ਼ਾਰਾ ਕਰਨਾ, ਅਤੇ ਉੱਧਰ ਖੇਤੀ ਹੋ ਰਹੀ ਹੈ। ਕਿਆ ਬਾਤ ਮਿੱਤਰੋ, ਚੌਲ ਬਣਨ ਲੱਗੇ ਆ, ਭਾਬੀ ਹੁਣੀ ਚੌਲ ਬਣਾਉਣ ਲੱਗੇ ਆ। ਕਿਆ ਬਾਤ, ਤੇ ਇੱਥੇ ਆਪਾਂ ਲਾਵਾਂਗੇ ਬਾਰਬੀਕਿਊ, ਤੇ ਲੱਗ ਗਿਆ, ਹੋ ਗਿਆ, ਹੋ ਗਿਆ ਡਨ। ਹਾਲੀ ਨਾ ਕਰਿਓ, 1 ਮਿੰਟ ਉਹ ਦੇਖਦਾ ਹਾਂ ਕਰਕੇ, ਇੱਧੇ ਇੱਧੇ ਬਾਲ ਕੇ ਦੇਖੋ ਭਾਈ, ਧਿਆਨ ਨਾ। ਹਾਂ, ਕਿਆ ਬਾਤ ਹੈ, ਓਕੇ ਆ। ਮਿੱਤਰੋ, ਚੌਲਾਂ ਲਈ ਰੈਡੀ ਹੋ ਗਏ ਪਿਆਜ਼ ਤੇ ਟਮਾਟਰ, ਟਮਾਟਰ ਤੇ ਇਧਰ ਕੋਲ ਵੀ ਰੈਡੀ ਆ, ਤੇ ਇਧਰ ਸਾਰੀ ਸਮੱਗਰੀ ਰੈਡੀ ਆ, ਉਧਰੋਂ ਚਿਕਨ ਵੀ ਰੈਡੀ ਆ, ਸਾਰੇ ਕੋਲ ਤੋਂ ਮੈਂ ਚਿਕਨ ਵੀ ਰੈਡੀ ਆ, ਚਿਕਨ ਦੇ ਨਾਲ ਨਾਲ ਕੀ ਰੈਡੀ ਆ? ਸਾਰੇ ਚਿਕਨ, ਪਨੀਰ ਟਿੱਕਾ, ਚਾਵਲ, ਮੈਗੀ, ਚਾਹ, ਸਾਰੇ ਥੋੜੀ ਆ। ਓਕੇ, ਵੈਰੀ ਗੁੱਡ, ਸਾਰੇ ਕੋਲ ਮਾਤੇ।
ਪਿੱਛੇ ਹੋ ਜਾ ਚੱਲ ਬੁੱਝੇ ਨਹੀਂ ਛੇਤੀ ਕਰਦਾ ਯਾਰ ਬਸ ਚੱਲ ਕੀ ਗੈਸ ਸੀ ਯਾਰ ਉਹ ਗੈਸ ਉੱਡ ਗਈ ਹੈ ਦੁਬਾਰਾ ਪਾਣੀ ਪਾਣੀ ਗੈਸ ਉੱਡ ਗਈ ਰੁਕੇ ਦੁਬਾਰਾ ਭਾਈ ਤੁਸੀਂ ਗੈਸ ਸੀ ਜਿਹੜਾ ਦਿਮਾਗ ਲੱਗਣਾ ਬਿਲਕੁਲ ਸਹੀ ਲੱਗਾ ਬਿਲਕੁਲ ਸਹੀ ਬੰਦੇ ਨੇ ਦਿਮਾਗ ਲਾਇਆ ਆਹ ਹੁੰਦਾ ਦਿਮਾਗ ਤੁਹਾਡਾ ਤਾਂ ਉਹ ਵੀ ਨਹੀਂ ਤੀਰਾ ਹੈ ਨਹੀਂਗਾ ਇਦਾਂ ਗੋਲੇ ਭਖਣੇ ਆ ਇਦਾਂ ਸਾਡਾ ਬਾਰਬੀਕਿਊ ਰੈਡੀ ਹੋਣਾ ਫੇਰ ਭਾਜੀ ਆਪਾਂ ਕੱਢੀ ਦਈਏ ਆਪਾਂ ਕੱਢੀ ਦਈਏ ਫੇਰ ਹੁੰਦਾ ਹੈ ਤੇ ਰਹਿੰਦਾ ਆ ਲੱਗਾ ਬਸ ਉਹ ਹੁਣ ਪੈਣੀ ਕੋਲੇ ਤੋਂ ਕੋਲੇ ਅੱਗ ਫੜ ਲੜੀ ਤਾਂ ਆਪ ਕੋਲੇ ਵਰਤਦੇ ਬਸ ਆਪਾਂ ਇਹਨਾਂ ਨੇ ਸੱਤ ਨਹੀਂ ਜਿਹੜੀ ਡਿੱਗ ਗਈ ਹੁਣ ਤਾਂ ਬਲ ਗਏ ਪਰ ਇੱਕ ਚਾਦ ਰੱਖਿਓ ਉਧਰੋਂ ਨਾ ਤਪਾਉ ਗਰਮ ਹੋਇਆ ਹੋਣਾ ਇਸ ਤੇ ਮੂਹ ਲੋਹਾ ਆ ਹਾਂ ਇੱਕ ਸਾਈਡ ਹੀ ਰੱਖੋ ਗਰਮ ਹੋਣਾ ਇਹ ਇਸ ਕਲਿੱਪ ਦੇ ਵਿੱਚ ਗਾਣੇ ਚੱਲਦੇ ਪਏ ਸੀਗੇ ਮੈਂ ਕਿਹਾ ਆਪ ਹੀ ਬੋਲ ਕੇ ਪਾਉਂਦੇ ਹਾਂ ਕੋਈ ਕਾਪੀਰਾਈਟ ਦਾ ਕੇਸ ਨਾ ਆ ਜਾਵੇ ਬਾਈ ਉਨੀ ਆਪਣੇ ਲਈ ਖਾਣ ਪੀਣ ਨੂੰ ਸਮਾਨ ਲੈ ਕੇ ਆਏ ਸੀ ਬਹੁਤ ਹੀ ਘੈਂਟ ਪਰਸਨ ਨੇ ਅਤੇ ਬਹੁਤ ਹੀ ਘੈਂਟ ਫੂਡ ਲੈ ਕੇ ਆਏ ਸੀ ਅਤੇ ਥੈਂਕ ਯੂ ਬਾਈ ਉਹਨਾਂ ਦਾ ਬਾਕੀ ਇੱਧਰ ਤੰਦੂਰ ਭੱਖਦਾ ਪਿਆ ਆ ਅਤੇ ਸਾਰਾ ਕੰਮ ਰੈਡੀ ਆ ਖਾਣ ਪੀਣ ਨੂੰ ਬਣ ਰਿਹਾ ਆ ਅਤੇ ਜਲਦੀ ਮਿਲਦੇ ਹਾਂ ਲਓ ਵੀ ਮਿੱਤਰੋ ਕਹਿੰਦੇ ਮਾਹੌਲ ਹੋ ਗਿਆ ਅੱਗੇ ਰਿਪੋਰਟ ਅਤੇ ਇੱਥੇ ਵੀ ਚੱਕਰ ਪੈ ਗਿਆ ਇੱਥੇ ਵੀ ਸਾਊਂਡ ਚੱਲਦਾ ਪਿਆ ਸੀਗਾ ਅਤੇ ਉਹਦਾ ਮਾਹੌਲ ਸਾਰਾ ਓਕੇ ਰਿਪੋਰਟ ਸੀਗਾ ਇੱਧਰੋਂ ਆਪਣੇ ਭਰਾ ਸਾਰੇ ਓਕੇ ਰਿਪੋਰਟ ਹੋਏ ਪਏ ਆ ਕੰਮ ਫੰਕਸ਼ਨ ਚੱਲਦਾ ਪਿਆ ਘਰ ਦੀ ਗੱਡੀ ਲੈ ਆਏ ਪਤਾ ਨਹੀਂ ਕਿੱਥੋਂ ਪਰ ਇੱਥੇ ਦੀ ਲੋਕਲ ਬੀਅਰ ਸੀਗੀ ਅਤੇ ਸਾਰੇ ਜਣੇ ਪੀਂਦੇ ਬਹੁਤ ਘੈਂਟ ਸੀਗੀ ਥੈਂਕ ਯੂ ਬਾਈ ਪੱਚੀ ਪੱਚੀ ਪੰਜਾਹ ਮੇਰੇ ਤੋਂ ਵੱਡਾ ਕੋਈ ਦਿਖਾ ਸਾਰੇ ਵੱਡੇ ਮੈਂ ਛੋਟਾ ਹੀ ਹਾਂ ਗਲੋਵ ਚਾਹੀ ਪਾਉਂਗੇ ਕੀ ਹੋਇਆ ਭਾਜੀ ਇਹਨੂੰ ਤੋਰੋ ਪਹਿਲਾਂ ਭਾਜੀ ਇਹਨੂੰ ਤੋਰੋ ਪਹਿਲਾਂ ਬਈਏ ਨੂੰ ਇਹਨੇ ਦਿਹਾੜੀ ਤੇ ਜਾਣਾ ਦੇ ਕਿੱਦਾਂ ਤੈਨੂੰ ਕਹੀ ਜਾਂਦੇ ਕੱਚਾ ਕੱਚਾ ਤੈਨੂੰ ਪੰਜਾਬੀ ਨਹੀਂ ਆਉਂਦੀ ਕੱਚਾ ਤੈਨੂੰ ਇੰਗਲਿਸ਼ ਚ ਦੱਸਾਂ ਕੱਚੇ ਨੂੰ ਕੀ ਕਹਿੰਦੇ ਆ ਦੱਸ ਦੋਹਰੀ ਕੱਚਾ ਕੱਚਾ ਕਿਆ ਬਾਤ ਕਿਆ ਬਾਤ ਲੈਸ ਕੁਕਡ ਲੈਸ ਕੁਕਡ ਤੈਨੂੰ ਤਾਂ ਨਹੀਂ ਪਤਾ ਹੀ ਭਾਈ ਪਤਾ ਤਾਂ ਮੈਨੂੰ ਵੀ ਨਹੀਂ ਸੀ ਪਤਾ ਮੈਨੂੰ ਵੀ ਨਹੀਂ ਹੈਗਾ ਆਹ ਭਾਈ ਦੂਜਾ ਜੀ ਤਲੀ 'ਤੇ ਰੱਖ ਦਿਉ ਇਹਦਾ ਇਹਨਾਂ ਨੈਪਕਿਨ ਖੋ ਕੇ ਤਲੀ 'ਤੇ ਰੱਖ ਦਿਉ ਗਰਮ ਗਰਮ ਹੋਰ ਕੋ ਡਟਿਆ ਪਿਆ ਹੋਰੇ ਮੈਂ ਕਹਿੰਦਾ ਜਿੰਨਾ ਵੇਟ ਹੋਰ ਕਰੋ ਹੋਰ ਵਧੀਆ ਬਣੂਗਾ ਮੈਂ ਰੱਖ ਕੇ ਕਾਲਾ ਹੋਣ ਦੋ ਜਮੀ ਇੰਨਾ ਸਵਾਦ ਬਣੂਗਾ ਨਾ ਜਿੰਨਾ ਰੋਸਟ ਕੀ ਕਹਿੰਦਾ ਕੀ ਕਹਿੰਦਾ ਆ ਕੀ ਕਹਿੰਦਾ ਮੈਂ ਜਾ ਕੇ ਸੋਏ ਨਾ ਸਵੇਰੇ ਖਾ ਲੂੰਗਾ ਮਰਜ਼ੀ ਹੈ ਸਵੇਰੇ ਤੈਨੂੰ ਪੱਕਾ ਹੀ ਮਿਲ ਜੂ ਸਵੇਰੇ ਤੱਕ ਹੀ ਹੱਡੀਆਂ ਖਾ ਲਈ ਫਿਰ ਬਾਹਰ ਰੱਖ ਦਵਾਂਗੇ ਕੋਲੀ ਚ ਪਾ ਕੇ ਟੈਨਸ਼ਨ ਨਾ ਲੈ ਤੂੰ ਨਾ ਸੂਪ ਨਾ ਇੱਥੇ ਠੰਡ ਬਹੁਤ ਲੋ ਮੀਟੀ ਮਿਲੂਗਾ ਬਰਫ ਚ ਖੁੱਬ ਜਾਣ ਹੱਡੀਆਂ ਓਏ ਹੋਏ ਕਿੰਨੀ ਵਧੀਆ ਗੱਲ ਕਹੀ ਹੁਣ ਮੈਂ ਅੱਸਾ ਕੇ ਰੋਵਾਂ ਰੋ ਜਾਨੀ ਦਾ ਗਾਣਾ ਸੁਣਿਆ ਆਪਣੇ ਵੱਲ ਤਾਂ ਦਿਖਾ ਖੱਟਾ ਜਿਹਾ ਬਣਿਆ ਪਿਆ ਆਪਣੇ ਵੱਲ ਤਾਂ ਦਿਖਾ ਚਲੋ ਆਹ ਭਾਈ ਹੋਰੇ ਹੋਰੇ ਮਿਲ ਲਗਾ ਪੀਸ ਓਏ ਹੋਰ ਕਹਿੰਦਾ ਕਿੱਥੇ ਆ ਦੇਖਿਆ ਹਾਂਜੀ ਕੋਈ ਨੀ ਕੱਚਾ ਧਰ ਦੋ ਲੱਗ ਕੱਚਾ ਹੀ ਧਰ ਦੋ ਉਹ ਤੂੰ ਵੀ ਉੱਪਰ ਬਹਿ ਜਾ ਇਹ ਮੈਂ ਅੰਦਰ ਹੀ ਪਕਾ ਲੂ ਵਿੱਕੀ ਬਾਈ ਫਿਰ ਉਹ ਪਰਲੇ ਬਾਹਰ ਡੋਂਗੇ ਚ ਪਿਆ ਉਹ ਤਾਂ ਬੜਾ ਕੱਚਾ ਹੈ ਬੜਾ ਕੱਚਾ ਅੱਛਾ ਦੂਜਾ ਮੈਰੀਨੇਟ ਕੀਤਾ ਹੋਇਆ ਅੱਗ ਉਹ ਤਾਂ ਫਿਰ ਮੈਨੂੰ ਕੱਚੇ ਦਾ ਕੰਮ ਹੈ ਇਹ ਆਲਾ ਧਰ ਦੋ ਸਹੀ ਹੋ ਗਿਆ ਹਾਂ ਇਹ ਮਿਸ਼ਨ ਕਾਮਯਾਬ ਹਾਂ ਤੂੰ ਆ ਨਿਕਲ ਰਿਹਾ ਸਹੀ ਪੱਕ ਗਿਆ ਆਹ ਦੇਖ ਓਏ ਆਹ ਦੇਖ ਛੜੇ ਦਾ ਫਲੈਟ ਹੈ ਉਧਰ ਜਾ ਛੜੇ ਦਾ ਫਲੈਟ ਹੈ ਨਾ ਯਾਰ ਮੈਂ ਨੀ ਦਿੰਦਾ ਯਾਰ ਟੇਸਟ ਕਰਾ ਦੇ ਨਾ ਨਾ
ਦੂਜੇ ਪਾਸੇ ਦੀ ਮਾਰੀ ਦੀ ਬਾਈ ਲੰਬੇ ਲਾ ਦੀ ਕਿਵੇਂ ਬਾਈ ਟੋਟਾ ਹੋ ਗਿਆ ਟੋਟਾ ਹੋ ਗਿਆ ਕੋਲਾ ਬਣ ਗਿਆ ਕੋਲਾ ਕੋਲਾ ਬਣ ਗਿਆ ਕੀ ਗਲਤ ਜਗ੍ਹਾ ਟੋਟੇ ਨਿਕਲ ਰਹੇ ਟੋਟੇ ਤੋਂ ਮਤਲਬ ਹੈ ਲਓ ਵੀ ਮਿੱਤਰੋ ਇੱਕ ਪਾਸੇ ਆਪਾਂ ਰੱਖ ਲਈਏ ਚਾਹ ਤੇ ਇੱਕ ਪਾਸੇ ਚੱਲੀ ਜਾਂਦਾ ਪਿਆ ਚਿਕਨ ਤੇ ਇੱਕ ਪਾਸੇ ਸਾਡਾ ਮੁਰਗਾ ਜਿੰਦਾ ਹੀ ਤੁਰਿਆ ਫਿਰਦਾ ਆ ਬੱਕਰਾ ਓਏ ਇਹਨੂੰ ਸਵੇਰੇ ਸੋ ਲਗੇ ਆਰਲਾ ਵਲੌਗ ਚੱਕ ਤਾ ਦਿਖਾਉਣਾ ਮੈਂ ਕਿਹਾ ਇੱਕ ਪਾਸੇ ਚੱਲਦਾ ਪਿਆ ਚਾਹ ਤੇ ਇੱਕ ਪਾਸੇ ਚੱਲਦਾ ਮੁਰਗਾ ਕਹਿੰਦਾ ਇੱਕ ਪਾਸੇ ਬੱਕਰਾ ਨਾਲ ਖੜਦਾ ਮੈਂ ਦੱਸਦਾ ਇੱਧਰ ਕੜੀ ਵੀ ਦਿਖਾ ਆਪਣੇ ਵਾਸਤੇ ਬੱਕਰਾ ਫਰੰਟ ਕੈਮਰਾ ਕਰ ਲਿਆ 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 ਫਰੰਟ ਕੈਮਰਾ ਕਰ ਜਿਹੜਾ ਕੜੀ ਚ ਪਕੌੜਾ ਬਾਹਰ ਫਿਰਦਾ ਹਾਂਜੀ ਮੈਂ ਕਹਿੰਦਾ ਦੱਸ ਚਿਕਨ ਕੀਤਾ ਹੋਇਆ ਸੀਗਾ ਨਾ ਉਹ ਚਿਕਨ ਬਣ ਜੂਗਾ ਉਹਦਾ ਤੇ ਇੱਧਰ ਲੱਗ ਗਈ ਆ ਧੂਣੀ ਠੰਡ ਲੱਗ ਰਹੀ ਹੈ ਧੂਣੀ ਬਾਲ ਲਈ ਇੱਧਰ ਕਿਉਂਕਿ ਮਾਹੌਲ ਹੋ ਗਿਆ ਠੰਡਾ ਕਿਆ ਬਾਤ ਓਕੇ ਰਿਪੋਰਟ ਪੂਰਾ ਕਰਵਾ ਹਾਂਜੀ ਚਿਕਨ ਬਣ ਚੁੱਕਾ ਹੈ ਦੁਬਾਰੇ ਫਿਰ ਚਿਕਨ ਘੱਟ ਗਿਆ ਅਤੇ ਕਈਆਂ ਨੂੰ ਚਾਹ ਦਾ ਪਲੈਨ ਬਣ ਗਿਆ ਅਤੇ ਚਾਹ ਵੀ ਪੀਣ ਲੱਗੇ ਹੈ ਭਾਬੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਡੇ ਲਈ ਚਾਹ ਚਿਕਨ ਬਣਾ ਰਹੇ ਹੋ ਸੋਰੀ ਚਾਹ ਅਤੇ ਤੁਸੀਂ ਚਿਕਨ ਬਣਾ ਰਹੇ ਹੋ ਥੈਂਕ ਯੂ ਅਤੇ ਭਾਬੀ ਜੀ ਚਾਹ ਅਤੇ ਇੱਧਰ ਕੜੀ 'ਚ ਪਕੌੜਾ ਵੀ ਮਿਲ ਗਿਆ ਇੱਧਰ ਆ ਸੀਗਾ ਹਾਂਜੀ ਮੈਂ ਕਿਹਾ ਦੱਸ ਦਿਓ ਭਾਜੀ ਫਿਰ ਕਿਉਂ ਕੜੀ 'ਚ ਪਕੌੜਾ ਤਾਂ ਹੁੰਦਾ ਹੀ ਹੈ ਫਿਰ ਕੀ ਹੋ ਗਿਆ ਕੜੀ 'ਚ ਪਕੌੜਾ ਅੱਛਾ ਆਹ ਕੜੀ 'ਚ ਡਿੱਗ ਗਿਆ ਤਾਂ ਪਕੌੜਾ ਬਾਹਰ ਆ ਗਿਆ ਹਾਂਜੀ ਮੈਂ ਕਿਹਾ ਦੱਸ ਦਈਏ ਆਹ ਦੇਖੋ ਵਿਨੇ ਭਾਈ ਵੀ ਪੂਰੇ ਡੱਡੇ ਹੋਏ ਆ ਬੱਕਰਾ ਕਿਹਾ ਘੱਟ ਗਿਆ ਹਾਂ ਮੈਨੂੰ ਬੱਕਰਾ ਕਹਿੰਦਾ ਸੀਗਾ ਬੱਕਰਾ ਹੁਣ ਤੂੰ ਕੜੀ ਚ ਪਕੌੜਾ ਲੱਗਣ ਡਿਆ ਸੱਚੀ ਸਹੀ ਕਮੈਂਟ ਕਰਕੇ ਦੱਸਿਓ ਸੱਚੀ ਪਤਾ ਫੋਨ ਉਹਨਾਂ ਦਾ ਪਊਗੀ ਇਹ ਵੀਡੀਓ ਹਾਂ ਮੈਂ ਪਵਾ ਦੇਣੀ ਆ ਸ਼ਰਤ ਲਾ ਲਾ ਹੈਂ ਲੋਕ ਤਾਂ ਮੈਂ ਬੀਟ ਨਹੀਂ ਕਰਦਾ ਕੜੀ ਚ ਪਕੌੜਾ ਲੱਗ ਰਿਹਾ ਕਿ ਸਹੀ ਕਮੈਂਟ ਕਰਕੇ ਤਾਂ ਜ਼ਰੂਰ ਦੱਸਿਓ ਹਾਂਜੀ ਮਿੱਤਰੋ ਆਪਾਂ ਕਰਾਂਗੇ ਹੁਣ ਵਲੌਗ ਦਾ ਐਂਡ ਆਪਾਂ ਮੰਗਾ ਰਹੇ ਗਰਮਾ ਗਰਮ ਗੁਲਾਬ ਜਾਮਨ ਨਾਲ ਇੱਧਰ ਲਾਈ ਹੋਈ ਅੱਗ ਪੈਕਿੰਗ ਹੋ ਰਹੀ ਹੈ ਪੈਕਿੰਗ ਹੋ ਰਹੀ ਹੈ ਭਾਂਡੇ ਧਵਾ ਹੋ ਰਹੇ ਕੱਲ੍ਹ ਆਪਾਂ ਨਿਕਲਾਂਗੇ ਜੇ ਲਦਾਖ ਨੂੰ ਇੱਧਰ ਕੋਕ ਪੀ ਹੋ ਰਹੀ ਹੈ ਬਾਕੀ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਹਮੇਸ਼ਾ ਇਸ ਤਰ੍ਹਾਂ ਕਰਦਿਆ ਕਰੋ ਬਾਕੀ ਮੈਂ ਤਾਂ ਰਹੀ ਗਿਆ ਤੇ ਐਂ ਸਪੋਰਟ ਕਰਦੇ ਲਈ ਦਿਲੋਂ ਬਾਬਾ ਮੇਰੀ ਗੱਲ ਸੁਣ ਤੂੰ ਨਹੀਂ ਰਹਿ ਸਕਦਾ ਜੇ ਤੂੰ ਹੋਊਗਾ ਵਲੌਗ ਦੇ ਵਿੱਚ ਨਹੀਂ 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 ਐਂ ਪਿਆਰ ਕਰਦੇ ਰਹੋ ਥੈਂਕ ਯੂ ਸੋ ਮੱਚ ਤੇ ਐਂ ਸਪੋਰਟ ਕਰਦੇ ਰਹੋ ਤੇ ਸਾਡੀ ਫੈਮਿਲੀ ਵੱਲੋਂ ਥੈਂਕ ਯੂ ਸੋ ਮੱਚ ਐਂ ਪਿਆਰ ਕਰਦੇ ਰਹੋ ਪਰਿਵਾਰ ਵੱਲੋਂ ਆ ਕੜੀ ਚ ਚੋਲ ਹੈ ਹਾਂਜੀ
ਓਕੇ ਜੀ ਸਤਿ ਸ਼੍ਰੀ ਅਕਾਲ ਘੜੀ ਚ ਪਕੌੜਾ ਕਹਿਣਾ ਸੀ।